ਬਹੁਤ ਵਧੀਆ ਲੱਗਿਆ। ਅਸੀਂ ਸਾਡੇ ਪਹਿਲੀ ਵਾਰ ਅਸੀਂ ਕਦੇ ਪ੍ਰੈਕਟਿਸ ਕਰਿਆ ਕਰਦੇ ਅਤੇ ਸ਼ੁਰੂ ਤੋਂ ਅਸੀਂ ਤੀਜੀ 'ਤੇ ਖੇਲਦੇ ਆਏ ਹਾਂ, ਪਰ ਅਸੀਂ ਜਦ ਨੌਵੀਂ 'ਚ ਆਏ ਤਾਂ ਅਸੀਂ ਨੌਵੀਂ ਵਾਰ ਅਸੀਂ ਕੀਟਵਾ ਸਕੂਲ 'ਚ ਆਏ ਅਤੇ ਪਹਿਲੀ ਵਾਰ 'ਚ ਅਸੀਂ ਨੈਸ਼ਨਲ ਸਿਲੈਕਟ ਹੋ ਗਏ, ਪਰ ਉਸ ਵਾਰ ਸਾਡੀ ਨੈਸ਼ਨਲ ਹੋਈ ਨਹੀਂ ਹੈ। ਫਿਰ ਦਸਵੀਂ 'ਚ ਅਸੀਂ ਫਿਰ 'ਤੇ ਆਏ ਅਤੇ ਫਿਰ ਦਸਵੀਂ 'ਚ ਅਸੀਂ ਨੈਸ਼ਨਲ ਲਾਉਣ ਦਾ ਮੌਕਾ ਮਿਲਿਆ ਅਤੇ ਪਹਿਲੀ ਵਾਰ 'ਚ ਅਸੀਂ ਸੈਕਿੰਡ ਪੁਜੀਸ਼ਨ ਪ੍ਰਾਪਤ ਕੀਤੀ, ਉਹ ਸਾਡੇ ਸਰ ਦੀ ਵਜ੍ਹਾ ਅਤੇ ਸਾਡਾ ਸਾਰਾ ਜਿੱਥੇ ਅਸੀਂ ਖੜ੍ਹੇ ਸਾਰਾ ਕ੍ਰੈਡਿਟ ਸਾਡੇ ਸਰ ਜੀ ਨੂੰ ਮਿਲਦਾ ਇਹਦਾ। ਕਿੱਦਾਂ ਦਾ ਲੱਗ ਰਿਹਾ? ਬਹੁਤ ਖੁਸ਼ੀ ਮਿਲਿਆ ਕਰਦੀ, ਹੁਣ ਸਾਡੇ ਕੋਲ ਸ਼ਬਦ ਦੇ ਬਿਆਨ ਕਰਨ ਨੂੰ, ਇੰਨਾ ਵਧੀਆ ਇਹਨਾਂ ਨੇ ਕਰਿਆ, ਬਹੁਤ ਖੁਸ਼ੀ ਮਿਲੀ ਸਾਨੂੰ, ਬਹੁਤ ਵਧੀਆ। ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਥੈਂਕ ਯੂ। ਸਰ ਮੇਰੇ ਬੱਚਿਆਂ ਨੂੰ ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਇਹਨਾਂ ਨੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਆਪਣੀ ਵਧੀਆ ਗੇਮ ਦਾ ਪ੍ਰਦਰਸ਼ਨ ਕੀਤਾ। ਸਰ ਇਹ ਫਕਰ ਵਾਲੀ ਗੱਲ ਹੈ ਮੇਰੀ, ਇੱਕ ਮੇਰੇ ਕੀ ਤੋਂ ਸਰ ਸਕੂਲ ਦੀਆਂ 3 ਵਿਦਿਆਰਥਣਾਂ ਜਿਹੜੀਆਂ ਪਲੇਇੰਗ ਸੈੱਟ ਦੇ ਵਿੱਚ ਖੇਡੀਆਂ, ਜਦਕਿ ਇਹ ਮਿਸਾਲ ਇੱਕ ਵੀ ਇੱਕ ਸਕੂਲ ਦੀਆਂ 3 ਬੱਚੀਆਂ ਨਹੀਂ ਖੇਡੀਆਂ, ਅਜੇ ਤੱਕ ਕਿਸ ਸਕੂਲ ਦੇ 3 ਬੱਚੇ ਨਹੀਂ ਖੇਡੇ ਹੋਣੇ ਜੀ ਇੱਕ ਟੀਮ ਦੇ ਵਿੱਚ, ਜਿਹੜੇ ਮੈਡਲ ਜਿੱਤ ਕੇ 20 ਸਾਲ ਬਾਅਦ ਪੰਜਾਬ ਨੇ ਮੈਡਲ ਜਿੱਤਿਆ। ਹਾਂਜੀ ਸਰ, ਬਹੁਤ ਵਧੀਆ ਲੱਗਦਾ ਜੀ, ਮਤਲਬ ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀਗਾ ਕਿ ਸਾਡਾ ਸਕੂਲ ਜਿਹੜਾ ਇਹਨਾਂ ਦੀ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਦੇ ਵਿੱਚ ਕਬੱਡੀ ਦੀ ਨਰਸਰੀ ਬਣ ਗਿਆ। ਹੁਣ ਤੱਕ 25 ਬੱਚੇ ਆ ਜਿਹੜੇ ਸਾਡੇ ਸਟੇਟ ਦੇ ਵਿੱਚੋਂ ਮੈਡਲ ਲੈ ਕੇ ਆ ਚੁੱਕੇ, ਉਸ ਤੋਂ ਇਲਾਵਾ 10 ਬੱਚੇ ਨੈਸ਼ਨਲ ਖੇਡ ਚੁੱਕੇ ਅਤੇ 3 ਬੱਚੇ ਜਿਹੜੇ ਅੱਜ ਆਏ ਆ ਇਹਨਾਂ ਨੈਸ਼ਨਲ ਦੇ ਵਿੱਚ ਮੈਡਲ ਲਿਆ ਜੀ। ਨੈਸ਼ਨਲ ਦੇ ਵਿੱਚ ਵੈਸੇ ਤਾਂ ਬੱਚੇ ਖੇਡਦੇ ਆ ਨੈਸ਼ਨਲ 'ਚ, ਪਰ ਮੈਡਲ ਬਹੁਤ ਚਿਰ ਬਾਅਦ ਆਇਆ। ਇਹਦੇ ਲਈ ਕੋਚ ਸਾਹਿਬ ਨੂੰ ਅਤੇ ਬੱਚਿਆਂ ਦੇ ਸਾਰੇ ਇਲਾਕੇ ਨੂੰ ਬਹੁਤ ਬਹੁਤ ਵਧਾਈ। ਬਾਕੀ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਜਿਹੜੇ ਪੇਰੈਂਟਸ ਇਹ ਸੋਚਦੇ ਨੇ ਵੀ ਜਿਹੜੇ ਬੱਚੇ ਖੇਡਦੇ ਆ ਉਹ ਬੱਚੇ ਪੜ੍ਹਦੇ ਨਹੀਂ ਹੈਗੇ, ਇਹ ਕੁੜੀ ਹਰਪ੍ਰੀਤ ਕੌਰ ਜੀ ਦਾ ਨਾਮ ਜਸ਼ਨ ਹੈ, ਪਿਛਲੀ ਕਲਾਸ ਦੇ ਵਿੱਚ ਫਸਟ ਆਈ ਸੀ, ਅਤੇ ਇੱਕ ਦੂਜੀ ਹਰਪ੍ਰੀਤ ਬੇਟਾ, ਇੱਕ ਮਿੰਟ ਆਇਓ, ਹਰਪ੍ਰੀਤ ਦੂਜੀ ਵੱਡੀ ਹਰਪ੍ਰੀਤ, ਵੱਡੀ ਹਰਪ੍ਰੀਤ ਮੈਡੀਕਲ ਪੜ੍ਹਦੀ ਜੀ, ਪਲੱਸ 2 ਨੋਨ ਮੈਡੀਕਲ, ਅਤੇ ਇੱਕ ਇਹ ਕੁੜੀ ਦੀ ਵੀ ਜਿਹੜੀ ਸਿਲੈਕਸ਼ਨ ਹੈ ਕਬੱਡੀ ਦੇ ਵਿੱਚ ਨੈਸ਼ਨਲ ਹੋ ਰਹੀ, ਮੈਂ 12 ਤਰੀਕ ਨੂੰ ਇਹਦਾ ਕੈਂਪ ਲੱਗਣਾ, ਇਹ ਨੋਨ ਮੈਡੀਕਲ ਪੜ੍ਹਦੀ ਜੀ ਕੁੜੀ। ਮਤਲਬ ਮੈਂ ਪੇਰੈਂਟਸ ਨੂੰ ਅਪੀਲ ਕਰਦਾ ਕਿ ਬੱਚਿਆਂ ਨੂੰ ਇਸ ਕਰਕੇ ਖੇਡਾਂ ਤੋਂ ਦੂਰ ਨਾ ਕਰੋ ਕਿ ਬੱਚੇ ਜਿਹੜੇ ਖੇਡਦੇ ਉਹ ਪੜ੍ਹਦੇ ਨਹੀਂ, ਜਿਹੜੇ ਖੇਡਦੇ ਉਹ ਬੱਚਿਆਂ 'ਚ ਅਨੁਸ਼ਾਸਨ ਵੀ ਵਧੀਆ ਹੁੰਦਾ, ਪੜ੍ਹਾਈ ਵੀ ਵਧੀਆ ਹੁੰਦੀ। ਸੋ ਮੇਰੀ ਤਾਂ ਇਹੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਪਾਓ। ਅਤੇ ਇੱਕ ਹੋਰ ਜਿਹੜੀ ਮਤਲਬ ਮੈਨੂੰ ਬਹੁਤ ਵਧੀਆ ਜਿਹੜੀ ਗੱਲ ਲੱਗੀ, ਅਤੇ ਪਿਛਲੇ ਕਈ ਸਾਲਾਂ ਤੋਂ 5-7 ਸਾਲ ਤੋਂ ਇੱਕ ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਆਪਣੀ ਮਨੋਪਲੀ ਬਣਾਈ ਵੀ ਸੀ, ਅਤੇ ਸਾਡੀ ਬੱਚਿਆਂ ਨੇ ਬਹੁਤ ਵਧੀਆ ਮੈਚ, ਤੁਸੀਂ ਦੇਖਿਓ ਮੈਚ ਪਿਆ ਹੋਣਾ, ਇੰਨਾ ਵਧੀਆ ਮੈਚ ਨਹੀਂ ਹਿਮਾਚਲ ਨਾਲ ਖੇਡਿਆ ਵੀ ਸਾਡਾ, ਮਤਲਬ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਇਹ ਚੀਜ਼ ਨੂੰ ਲੈ ਕੇ, ਕਿਉਂਕਿ ਉਹ ਮਤਲਬ ਥੋੜ੍ਹਾ ਜਿਹਾ ਕਹਿੰਦੇ ਤੇ ਵੀ ਅਸੀਂ ਉਹ PR ਦੀ ਕਿੰਗ ਇਨ ਕਬੱਡੀ, ਬਟ ਇਹ ਬੇਟੀਆਂ ਮੈਨੂੰ ਲੱਗਦਾ ਵੀ ਬਹੁਤ ਅੱਗੇ ਤੱਕ ਜਾਊਂਗੀਆਂ, ਇਹ ਬਹੁਤ ਮਿਹਨਤੀ ਕੁੜੀਆਂ ਹੈ, ਕੋਚ ਸਾਹਿਬ ਬਹੁਤ ਮਿਹਨਤ ਕਰਾ ਰਹੇ, ਅਤੇ ਬਾਕੀ ਪੜ੍ਹਨ ਦਾ ਵੀ ਕੋਈ ਇੱਦਾਂ ਦੀ ਗੱਲ ਨਹੀਂ। ਸੋ ਪੇਰੈਂਟਸ ਨੂੰ ਰਿਕੁਐਸਟ ਹੈ ਬੱਚੇ ਨੂੰ ਪਲੀਜ਼ ਇਹੀ ਨਾ ਕਹੋ ਵੀ ਪੜ੍ਹਨਾ ਥੋੜ੍ਹਾ ਜਿਹਾ ਖੇਡਣ ਦਾ ਵੀ ਦਿਓ, ਕਿਉਂਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਬੱਚੇ ਅੱਗੇ ਜਾਣ। ਇਹ ਕੁੜੀ ਬੱਚੇ ਅੱਜ, ਮੈਂ ਸੁੱਚਾ ਸਿੰਘ ਜੀ ਪਿੰਡ ਬਰੂਆਲ, ਜਿਹੜੇ ਅੱਜ ਬੱਚੀਆਂ ਪੰਜਾਬ ਖੇਡ ਕੇ ਆਈਆਂ ਨੈਸ਼ਨਲ, ਇਹਨਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਵਧਾਈ, ਜਿੱਥੇ ਇਹਨਾਂ ਤਿੰਨਾਂ ਬੱਚਿਆਂ ਨੂੰ ਵਧਾਈ, ਉੱਥੇ ਨਾਲ ਇਹਨਾਂ ਦੇ ਕੋਚ ਮਿੰਟੂ ਨੂੰ ਜਿਨ੍ਹਾਂ ਨੇ ਇਹ ਬੱਚੀਆਂ ਤਿਆਰ ਕੀਤੀਆਂ, ਪੰਜਾਬ ਦੀ ਟੀਮ ਜਿਹੜੀ ਹੈ ਤਿਆਰ ਕੀਤੀ ਹੈ, ਅਤੇ ਬਹੁਤ ਵਧੀਆ ਲੱਗ ਰਿਹਾ, ਅਤੇ ਇਹਨਾਂ ਦੇ ਪਰਿਵਾਰ ਨੂੰ ਵੀ ਵਧਾਈ ਦਿੰਦਾ ਹੈ, ਜਿਨ੍ਹਾਂ ਦੇ ਵਿੱਚ ਸਰਦਾਰ ਸਾਡਾ ਛੋਟਾ ਵੀਰ ਗੁਲਸ਼ਨ ਸਿੰਘ, ਜਿਨ੍ਹਾਂ ਦੀ ਵਿੱਚ ਬੇਟੀ ਜਿਹੜੀ ਖੇਡ ਕੇ ਆਈ ਹੈ ਜਗਰੂਪ ਸਿੰਘ, ਅਤੇ ਅੱਗੇ ਉਹ ਵੀ ਅਸੀਂ ਮਾਣ ਕਰਦੇ ਕਿ ਇਹ ਏਸ਼ੀਅਨ ਤੱਕ ਜਾ ਕੇ ਖੇਡਣ, ਆਹੀ ਤਾਂ ਮੈਂ ਕਹਿੰਦਾ।